ओम नमो शिवाय। श्री शिव पुराण चौथा खंड अध्याय 11। ब्रह्मा जी बोले, हे नारद, हुण मैं तुहानू इन्हां दैतां दा विस्थार सुनांदा हाँ जो दौड़ के पताल विच छुप गए सन। उन्हां दैतां विचों एक वान नाम दैत दैता स्वामी युद्ध खेतर विचों दौड़ गया। ਉਹ ਉੱਥੋਂ ਕਰੋਚ ਦੀਪ ਵਿੱਚ ਜਾ ਕੇ ਕਈ ਤਰ੍ਹਾਂ ਦੇ ਉਪਕਰਨ ਕਰਨ ਲੱਗਾ। ਉਸਨੇ ਕਰੋਚ ਦੇ ਸਿਰ ਵਿੱਚ ਆਪਣਾ ਇੱਕ ਪੈਰ ਇਸ ਤਰ੍ਹਾਂ ਮਾਰਿਆ ਕਿ ਉਹ ਪਰਬਤ ਘਬਰਾ ਕੇ ਸਕੰਦ ਦੇ ਕੋਲ ਆ ਗਿਆ ਅਤੇ ਕਹਿਣ ਲੱਗਾ ਕਿ ਇਸ ਵਕਤ ਤੁਸੀਂ ਤਾਰਕ ਨੂੰ ਮਾਰ ਕੇ ਸੰਸਾਰ ਦੁੱਖਾਂ ਤੋਂ ਮੁਕਤ ਕਰ ਦਿੱਤਾ ਹੈ। ਸਿਰਫ ਮੈਂ ਹੀ ਇਕੱਲਾ ਸਾਰੀ ਸ੍ਰਿਸ਼ਟੀ ਵਿੱਚ ਦੁਖੀ ਹਾਂ। ਉਸਨੇ ਸਾਰਾ ਵਿਸਥਾਰ ਸ਼ੁਰੂ ਤੋਂ ਆਖੀ। ਤਦ ਸਕੰਦ ਨੂੰ ਸੁਣਾਉਂਦੇ ਹੋਏ ਕਿਹਾ, ਹੇ ਪ੍ਰਭੂ, ਮੈਨੂੰ ਜਿਸਨੇ ਦੁੱਖ ਦਿੱਤਾ ਹੈ ਉਸਦੇ ਨਾਲ 8 ਕੋਟੀ ਦੈਤ ਹਨ, ਜੋ ਮੈਂ ਉਹਨਾਂ ਦੀ ਸ਼ਰਨ ਵਿੱਚ ਮਨੁੱਖ ਦਾ ਰੂਪ ਧਾਰਨ ਕਰਕੇ ਕਰਨ ਨਾ ਆਉਂਦਾ ਤਾਂ ਪਤਾ ਨਹੀਂ ਉਹ ਕੀ ਕਰਦਾ। ਤੁਹਾਡੇ ਤੋਂ ਬਿਨਾਂ ਮੇਰੇ ਇਸ ਸੰਸਾਰ ਵਿੱਚ ਕੌਣ ਰੱਖਿਆ ਕਰਨ ਵਾਲਾ ਹੈ। ਸਕੰਦ ਨੇ ਦੈਤ ਰਾਜ ਦੀ ਇਹ ਕਥਾ ਅਤੇ ਉਤਪਾਤ ਸੁਣ ਕੇ ਉਸਨੂੰ ਮਾਰਨ ਦਾ ਵਿਚਾਰ ਬਣਾਇਆ। ਤਦ ਉਹਨਾਂ ਨੇ ਸਾਂਗ ਹੱਥ ਵਿੱਚ ਲੈ ਕੇ ਸ਼ਿਵ ਗਿਰਜਾ ਦਾ ਧਿਆਨ ਕੀਤਾ ਅਤੇ ਉਹ ਸਾਂਗ ਕਰੋਟਾਂ ਵਿੱਚ ਸਾਰੇ ਪਾਸੇ ਪ੍ਰਕਾਸ਼ ਫੈਲ ਗਿਆ। ਸਾਂਗ ਨੇ ਇੱਕ ਪਲ ਵਿੱਚ ਹੀ ਦੈਂਤਾਂ ਨੂੰ ਉਹਨਾਂ ਦੇ ਅਧਿਪਤੀ ਸਮੇਤ ਸਾੜ ਕੇ ਭਸਮ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਉਹ ਸਾਂਗ ਫਿਰ ਸਕੰਦ ਦੇ ਕੋਲ ਵਾਪਸ ਆ ਗਈ। ਹੇ ਨਾਰਦ, ਇਸ ਤਰ੍ਹਾਂ ਉਹਨਾਂ ਦੈਂਤਾਂ ਨੂੰ ਨਸ਼ਟ ਕਰਕੇ ਸਕੰਦ ਨੇ ਪਰਬਤ ਨੂੰ ਕਿਹਾ, ਹੁਣ ਤੁਸੀਂ ਆਪਣਾ ਘਰ ਚਲੇ ਜਾਓ ਅਤੇ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ, ਕਿਉਂਕਿ ਅਸੀਂ ਉਸ ਦੈਂਤ ਨੂੰ ਸੈਨਾ ਸਮੇਤ ਮਾਰ ਕੇ ਨਸ਼ਟ ਕਰ ਦਿੱਤਾ ਹੈ। ਇਹ ਸੁਣ ਕੇ ਕਰੋਚ ਨੇ ਸਕੰਦ ਦੀ ਬੜੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਘਰ ਚਲਾ ਗਿਆ। ਫਿਰ ਦੇਵਤਿਆਂ ਨੇ ਬੜੇ ਉਤਸਵ ਕੀਤੇ। ਫਿਰ ਸਕੰਦ ਨੂੰ ਉਸ ਸਥਾਨ 'ਤੇ 3 ਸ਼ਿਵਲਿੰਗਾਂ ਦੀ ਸਥਾਪਨਾ ਕੀਤੀ। ਉਹਨਾਂ ਤਿੰਨਾਂ ਦੇ ਇਹ ਨਾਮ ਰੱਖੇ, ਪਹਿਲਾ ਪ੍ਰਤੀਸ਼ਵਰ, ਜੋ ਕੋਈ ਉਸਦੀ ਪੂਜਾ ਕਰੇਗਾ ਉਸਦੇ ਸਾਰੇ ਮਨੋਰਥ ਪੂਰੇ ਹੋਣਗੇ। ਇਸ ਤਰ੍ਹਾਂ ਹੀ ਦੂਸਰੇ ਦਾ ਨਾਮ ਕਪਲੇਸ਼ਵਰ ਅਤੇ ਤੀਸਰੇ ਦਾ ਨਾਮ ਕਾਮਾਰੇਸ਼ਵਰ ਰੱਖਿਆ। ਇਹਨਾਂ ਸ਼ਿਵਲਿੰਗਾਂ ਦੇ ਲਈ ਇਹ ਵਰਦਾਨ ਦਿੱਤਾ ਕਿ ਇਹਨਾਂ ਦੀ ਪੂਜਾ ਨਾਲ ਦੋਨਾਂ ਲੋਕਾਂ ਵਿੱਚ ਸੁੱਖ ਪ੍ਰਾਪਤ ਹੋਵੇਗਾ। ਇਸ ਦੇ ਬਾਅਦ ਉਸੇ ਜਗ੍ਹਾ ਦੇ ਨੇੜੇ ਸਕੰਦ ਨੇ ਇੱਕ ਜੈ ਸਤੰਭ ਸਥਾਪਿਤ ਕੀਤਾ। ਇੱਕ ਹੋਰ ਸ਼ਿਵਲਿੰਗ ਸੰਤ ਪੇਸ਼ਵਰ ਦੀ ਵੀ ਸਥਾਪਨਾ ਕੀਤੀ, ਜਿਸ ਦੀ ਪੂਜਾ ਕਰਨ ਨਾਲ ਸਾਰੇ ਕਾਰਜ ਸਿੱਧ ਹੁੰਦੇ ਹਨ। ਇਸ ਦੇ ਇਲਾਵਾ ਦੇਵਤਿਆਂ ਨੇ ਮੁਨੀਸ਼ਵਰਾਂ ਨੇ ਇੱਕ ਹੋਰ ਸ਼ਿਵਲਿੰਗ ਦੀ ਸਥਾਪਨਾ ਕੀਤੀ, ਜਿਸ ਦਾ ਨਾਮ ਰਾਮੇਸ਼ਵਰ ਰੱਖਿਆ ਗਿਆ। ਉਸ ਦੀ ਪੂਜਾ ਨਾਲ ਪ੍ਰਜਾ ਦੀਆਂ ਸਭ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਇਤੀ 11ਵਾਂ ਅਧਿਆਇ ਸਮਾਪਤ।